ਅਸੀਂ ਲੋਕ ਨਿਰਮਾਣ ਮੰਤਰੀ ਨਿਤਿਨ ਗਡਕਰੀ ਜੀ ਨੂੰ ਮਿਲੇ। ਮੇਰੇ ਨਾਲ ਜਲੰਧਰ ਤੋਂ ਨਵੇਂ ਚੁਣੇ ਹੋਏ ਸਾਡੇ ਮੈਂਬਰ ਪਾਰਲੀਮੈਂਟ ਲੋਕ ਸਭਾ ਸੁਸ਼ੀਲ ਕੁਮਾਰ ਰਿੰਕੂ ਜੀ ਔਰ ਸਾਡੀ ਸਾਰੀ ਅਫਸਰ ਟੀਮ ਸੀਗੀ। ਪੰਜਾਬ ਦੇ ਵਿੱਚ ਬਹੁਤ ਸਾਰੀਆਂ ਨੈਸ਼ਨਲ ਹਾਈਵੇ ਅਥਾਰਟੀ ਦੇ ਨਾਲ ਜੁੜੀਆਂ ਹੋਈਆਂ ਦਿੱਕਤਾਂ ਸੁਝਾਅ ਸਮੱਸਿਆਵਾਂ ਸੀ। ਬੜੇ ਹੀ ਖੁਸ਼ਗਵਾਰ ਮਾਹੌਲ ਦੇ ਵਿੱਚ ਗੱਲ ਹੋਈ ਔਰ ਕਈ ਜਗ੍ਹਾ 'ਤੇ ਜਿਹੜਾ ਕੋਈ ਐਕੁਜੀਸ਼ਨ ਦੀ ਦਿੱਕਤ ਆ ਰਹੀ ਹੈ, ਕਿਤੇ ਕੁਛ ਫੈਸਲੇ ਇਸ ਤਰ੍ਹਾਂ ਦੇ ਕਰ ਦਿੱਤੇ ਗਏ ਕਿ ਵੱਟ ਨਾਲ ਵੱਟ ਸਾਂਝੀ ਹੈ ਪਰ ਰੇਟ ਦਾ ਬਹੁਤ ਫਰਕ ਹੈ, ਉਹਦੇ ਬਾਰੇ ਅਸੀਂ ਗੱਲਬਾਤ ਕੀਤੀ। ਕਿਤੇ ਜਿਹੜੇ ਟੋਲ ਪਲਾਜ਼ਾ ਵਾਲੇ ਨੇ ਉਹ ਆਪਣੀਆਂ ਐਗਰੀਮੈਂਟ ਮੁਤਾਬਕ ਆਪਣੀਆਂ ਸ਼ਰਤਾਂ ਪੂਰੀਆਂ ਨਹੀਂ ਕਰ ਰਹੇ, ਭਾਵੇਂ ਉਹ ਐਂਬੂਲੈਂਸ ਨਾਲ ਸੰਬੰਧਿਤ ਹੋਣ, ਭਾਵੇਂ ਉਹ ਰਿਕਵਰੀ ਕਰੇਨਾਂ ਨਾਲ ਸੰਬੰਧਿਤ ਹੋਣ ਤਾਂ ਜਾਂ ਫਿਰ ਉਸ ਸੜਕ ਦੀ ਰਿਪੇਅਰ ਜਾਂ ਉੱਥੇ ਲਾਈਟਿੰਗ ਦਾ ਪ੍ਰਬੰਧ ਹੋਵੇ। ਖਾਸ ਤੌਰ 'ਤੇ ਆਦਮਪੁਰ ਦੇ ਵਿੱਚ ਜਿਹੜਾ ਹਾਈਵੇ ਹੈ ਉਹ ਵਿਚਾਲੇ ਰੁਕ ਗਿਆ ਕਿਉਂਕਿ ਠੇਕੇਦਾਰ ਭੱਜ ਗਿਆ, ਤਾਂ ਉਹਨਾਂ ਨੇ ਬੜੇ ਸਖਤ ਆਰਡਰ ਕੀਤੇ ਨਾਲ ਦੀ ਨਾਲ ਮੰਤਰੀਆਂ ਨੂੰ ਆਪਣੇ ਅਫਸਰਾਂ ਨੂੰ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਉਹ ਸੜਕ ਜਿਹੜੀ ਹੈ ਇਮੀਡੀਏਟਲੀ ਬਣਨੀ ਚਾਹੀਦੀ ਹੈ ਅਤੇ ਜਿੱਥੇ ਜਿੱਥੇ ਐਗਜ਼ਿਟ ਪੁਆਇੰਟ ਰੱਖਣੇ ਨੇ ਉੱਥੇ ਉੱਥੇ ਲੋਕਲ ਸਟੇਕ ਹੋਲਡਰਸ ਜਿਹੜੇ ਕਿਸਾਨ ਨੇ ਉਹਨਾਂ ਨੂੰ ਪੁੱਛ ਲਿਆ ਜਾਵੇ ਕਿ ਤਾਂ ਕਿ ਫਿਊਚਰ ਦੇ ਵਿੱਚ ਉਹਨਾਂ ਲਈ ਕੋਈ ਦਿੱਕਤ ਨਾ ਆਵੇ। ਉੱਥੇ ਜਿਹੜੀਆਂ ਦੁਕਾਨਾਂ ਬਣਨ ਉਹਨਾਂ ਦੀ ਜ਼ਮੀਨ 'ਚ ਬਣਨ, ਸਾਰੀ ਉਮਰ ਲਈ ਉਹਨਾਂ ਨੂੰ ਕਿਰਾਇਆ ਆਉਂਦਾ ਰਹੇ ਜਾਂ ਉਹ ਆਪ ਉਹਨਾਂ ਦੁਕਾਨਾਂ ਦੇ ਮਾਲਕ ਬਣ ਜਾਣ। ਸੋ ਗਡਕਰੀ ਸਾਹਿਬ ਨੇ ਬੜੇ ਧਿਆਨ ਨਾਲ ਔਰ ਬਹੁਤ ਮੈਂ ਕਹੂੰਗਾ ਖੁਸ਼ਗਵਾਰ ਮਾਹੌਲ ਦੇ ਵਿੱਚ ਸਾਡੀ ਮੰਗ ਸੁਣੀ ਅਤੇ ਕਿਉਂਕਿ ਕੱਲ੍ਹ ਨੂੰ ਪੰਜਾਬ ਦੇ ਵਿੱਚ ਇੰਡਸਟਰੀਅਲ ਹੱਬ ਬਣਨ ਜਾ ਰਹੀ ਹੈ ਪੰਜਾਬ, ਬਹੁਤ ਸਾਰੇ ਜਿਹੜੇ ਇੰਡਸਟਰੀ ਦੇ ਵੱਡੇ ਵੱਡੇ ਜਿਹੜੇ ਟਾਈਕੋਨਸ ਜਿਹੜੇ ਵੱਡੇ ਵੱਡੇ ਉਦਯੋਗਪਤੀ ਨੇ ਉਹ ਪੰਜਾਬ 'ਚ ਇਨਵੈਸਟ ਕਰਨਾ ਚਾਹੁੰਦੇ ਨੇ, ਉਹਦੇ ਵਾਸਤੇ ਹਾਈਵੇ ਬਹੁਤ ਜ਼ਰੂਰੀ ਹੈ, ਉਹਦੇ ਵਾਸਤੇ ਰੇਲ ਕਨੈਕਟੀਵਿਟੀ ਬਹੁਤ ਜ਼ਰੂਰੀ ਹੈ, ਏਅਰ ਕਨੈਕਟੀਵਿਟੀ ਬਹੁਤ ਜ਼ਰੂਰੀ। ਸੋ ਅੱਜ ਅਸੀਂ ਗਡਕਰੀ ਸਾਹਿਬ ਨੂੰ ਦੱਸਿਆ ਕਿੱਥੇ ਕਿੱਥੇ ਸਾਨੂੰ ਟੋਲ ਪਲਾਜ਼ਿਆਂ ਦੀ ਦਿੱਕਤ ਆ ਰਹੀ ਹੈ, ਕਿੱਥੇ ਕਿੱਥੇ ਸਾਡੇ ਹਾਈਵੇ ਰੁਕੇ ਪਏ ਨੇ, ਕਿੱਥੇ ਕਿੱਥੇ ਸਾਨੂੰ ਤੁਸੀਂ ਹੋਰ ਜ਼ਿਆਦਾ ਜੇ ਸੈਂਟਰ ਵੱਲੋਂ ਪੈਸਾ ਆਊਗਾ ਤਾਂ ਅਸੀਂ ਹੋਰ ਜ਼ਿਆਦਾ ਸੜਕਾਂ ਨਾਲ ਜਿਹੜਾ ਸੰਬੰਧਿਤ ਮਸਲੇ ਜਿਹੜੇ ਹੱਲ ਕਰ ਦਿੱਲੀ ਕੱਟ ਹਾਂਜੀ ਗੱਲ ਹੋਈ ਹੈ, ਉਹਦੇ ਮੁਆਵਜ਼ੇ ਸੰਬੰਧੀ ਵੀ ਗੱਲ ਹੋਈ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਹੱਲ ਕਰ ਦਿੱਤਾ ਜਾਊਗਾ ਅਤੇ ਦਿੱਲੀ ਕੱਟ ਦਾ ਹਾਈਵੇ ਜਿਹੜਾ ਉਹ ਕੰਪਲੀਟ ਹੋ ਜੂਗਾ ਅਤੇ ਉਹਦੇ ਵਿੱਚ ਜਿੰਨਾ ਵੀ ਪੰਜਾਬ ਸਰਕਾਰ ਵੱਲੋਂ ਹਿੱਸਾ ਹੋਊਗਾ ਉਹ ਵੀ ਪਾਇਆ ਜਾਊਗਾ ਅਤੇ ਕਿਸੇ ਵੀ ਕਿਸਾਨ ਨੂੰ ਜਾਂ ਜਿਹੜਾ ਵੀ ਜ਼ਮੀਨ ਦਾ ਮਾਲਕ ਹੈ ਉਹਨੂੰ ਕੋਈ ਇਸ ਤਰ੍ਹਾਂ ਫੀਲ ਨਹੀਂ ਹੋਊਗਾ ਕਿ ਮੇਰੀ ਵੱਟ ਨਾ ਵੱਟ ਸਾਂਝੀ ਸੀ, ਕਿਸੇ ਅਫਸਰ ਨੇ ਉਹ ਹੋਰ ਲਿਖਤਾ ਇੱਧਰ ਹੋਰ ਲਿਖਤਾ। ਅਤੇ ਸਭ ਤੋਂ ਜਿਹੜੀ ਵੱਡੀ ਗੱਲ ਇਹ ਹੈ ਜੋ ਮੈਂ ਉਹਨਾਂ ਨੂੰ ਦੱਸੀ ਹੈ ਕਿ ਪੰਜਾਬ ਦੇ ਵਿੱਚ 14 ਮੌਤਾਂ ਹਰ ਰੋਜ਼ ਹੋ ਰਹੀਆਂ ਨੇ ਐਕਸੀਡੈਂਟਾਂ ਕਰਕੇ। ਜਦੋਂ ਮੈਂ ਲੋਕ ਸਭਾ ਦਾ MP ਸੀਗਾ ਤਾਂ ਮੈਂ ਮੈਂਬਰ ਰੈਫਰੈਂਸ ਸਰਵਿਸ ਦੇ ਵਿੱਚੋਂ ਕਢਵਾਇਆ ਸੀ ਡਾਟਾ, ਹੁਣ ਤਾਂ ਸ਼ਾਇਦ ਵੱਧ ਵੀ ਗਈਆਂ ਹੋਣ, ਹਾਈਵੇ ਬਣ ਕੇ ਸਪੀਡ ਵੱਧ ਗਈ ਤਾਂ ਗੱਡੀਆਂ ਵੱਡੀਆਂ ਆ ਗਈਆਂ, ਤਾਂ ਉਹਦੀ ਕੰਟਰੋਲ ਵਾਸਤੇ ਵੀ ਸਾਨੂੰ ਕੁਛ ਕਰਨਾ ਪਊਗਾ। ਪਿਛਲੇ ਦਿਨੀ ਵੀ ਮੈਂ ਗੱਲ ਕਹੀ ਸੀ ਕਿ ਅਸੀਂ SSF ਬਣਾ ਰਹੇ ਹਾਂ, ਉਹਨਾਂ ਨੇ ਇਸ ਗੱਲ ਨੂੰ ਐਪਰੀਸ਼ੀਏਟ ਕੀਤਾ। SSF ਦਾ ਮਤਲਬ ਹੈ ਕਿ ਸੜਕ ਸੁਰੱਖਿਆ ਫੋਰਸ, ਜਿਹੜੀ ਸਿਰਫ ਸੜਕ 'ਤੇ ਹੀ ਜਿਹੜੀ ਆ ਉਹ ਕੇਅਰ ਕਰੂਗੀ, ਜੇ ਕੋਈ ਗੱਡੀ ਖਰਾਬ ਹੋ ਗਈ ਉਹਦੀ ਵੀ ਹੈਲਪ ਕੀਤੀ ਜਾਊਗੀ, ਜੇ ਕੋਈ ਟਰੱਕ ਖੜ ਗਿਆ ਉਹਨੂੰ ਚੱਕ ਕੇ ਪਾਸੇ ਕੀਤਾ ਜਾਊਗਾ ਤਾਂ ਕਿ ਉਹਦੇ ਵਿੱਚ ਵੱਜ ਕੇ ਕੋਈ ਐਕਸੀਡੈਂਟ ਨਾ ਹੋਵੇ। ਧੁੰਦ ਦੇ ਵਿੱਚ, ਧੁੱਪ ਦੇ ਵਿੱਚ, ਮੀਂਹ ਦੇ ਵਿੱਚ ਹਰ ਵਕਤ SSF ਜਿਹੜੀ ਹੈ ਉਹ ਹਾਜ਼ਰ ਰਹੂਗੀ ਅਤੇ ਉਹਨਾਂ ਨੇ ਐਪਰੀਸ਼ੀਏਟ ਕੀਤਾ ਇਸ ਗੱਲ ਨੂੰ। ਅਸੀਂ ਉਹ ਮੌਤਾਂ ਜਿਹੜੀਆਂ ਅਣਹੋਈਆਂ ਮੌਤਾਂ ਨੇ ਜਿਹੜੀਆਂ ਹਰ ਰੋਜ਼ 14 ਦਾ ਮਤਲਬ ਜੇ ਆਪਾਂ ਨੂੰ ਇੱਕ ਸਾਲ ਤੱਕ ਲੈ ਜਾਈਏ ਤਾਂ 52-53 ਬਣ ਜਾਂਦੀਆਂ ਨੇ, ਜ਼ਖਮੀ ਪਤਾ ਨਹੀਂ ਕਿੰਨੇ ਲੱਖਾਂ ਹੀ ਹੁੰਦੇ ਨੇ। ਸੋ ਉਹਨਾਂ ਨੂੰ ਘਟਾਉਣ ਲਈ ਜੋ ਅਸੀਂ ਐਫਰਟ ਕਰ ਰਹੇ ਹਾਂ, ਗਡਕਰੀ ਸਾਹਿਬ ਨੇ ਉਹਦੀ ਸਪੋਰਟ ਵੀ ਕੀਤੀ ਹੈ ਅਤੇ ਕਿਹਾ ਕਿ ਇਸ ਸੰਬੰਧ ਦੇ ਵਿੱਚ ਜੋ ਵੀ ਤੁਹਾਨੂੰ ਕੁਛ ਚਾਹੀਦਾ ਹੋਇਆ
ਅਸੀਂ ਹਾਜ਼ਰ ਹਾਂ। ਮੈਂ ਬਤਾ ਦਿੱਤਾ ਕਿ ਮਹਿਪੁਰ ਸਵਾਲ ਬੀਬੀ ਐਮਬੀ ਕੋ ਲੈ ਕੇ ਆਪਨੇ ਪੱਤਰ ਲਿਖਾ ਹੈ ਪ੍ਰਧਾਨ ਮੰਤਰੀ ਜੀ ਕੋ, ਕਾਫੀ ਬੜਾ ਮੁੱਦਾ ਹੈ, ਸੰਵੇਦਨਸ਼ੀਲ ਮੁੱਦਾ ਹੈ, ਬੀਬੀ ਐਮਬੀ ਕੋ ਲੈ ਕੇ ਕੀ ਕਹਿਣਾ ਚਾਹੀਦਾ? ਉਹ ਪ੍ਰਧਾਨ ਮੰਤਰੀ ਜੀ ਨੂੰ ਚਿੱਠੀ ਲਿਖੀ ਹੈ, ਜੋ ਪੰਜਾਬ ਦੇ ਹੱਕ ਨੇ ਉਹਨਾਂ ਹੱਕਾਂ ਲਈ ਕਦੇ ਵੀ ਪਿੱਛੇ ਨਹੀਂ ਹਟਾਂਗੇ। ਪੰਜਾਬ ਦੇ ਹੱਕਾਂ ਨੂੰ ਲੈਣ ਲਈ ਜਿਹਨੂੰ ਮਰਜ਼ੀ ਚਿੱਠੀ ਲਿਖਣੀ ਪਵੇ, ਜਿਹਦੇ ਨਾਲ ਮਰਜ਼ੀ ਗੱਲ ਕਰਨੀ ਪਵੇ, ਹਾਜ਼ਰ ਰਵਾਂਗੇ। ਸੋ ਅੱਜ ਅਸੀਂ ਨਿਤਿਨ ਗਡਕਰੀ ਜੀ ਨੂੰ ਮਿਲੇ ਸੀਗੇ ਪੰਜਾਬ ਦੇ ਸੜਕੀ ਨਿਰਮਾਣ ਲਈ, ਅਤੇ ਉਹਦੇ ਲਈ ਉਹਨਾਂ ਨੇ ਬਹੁਤ ਭਰਪੂਰ ਹੁੰਗਾਰਾ ਦਿੱਤਾ। ਨਾਲ ਸਾਡੇ ਨਵੇਂ ਚੁਣੇ ਹੋਏ MP ਨੇ, ਜਿਨ੍ਹਾਂ ਨੇ ਹਜੇ ਸਹੁੰ ਵੀ ਨਹੀਂ ਚੁੱਕੀ, ਪਰ ਕੰਮ ਜਿਹੜੇ ਨੇ ਉਹ ਸ਼ੁਰੂ ਕਰ ਦਿੱਤੇ ਗਏ ਨੇ, ਜੋ ਅਸੀਂ ਜਲੰਧਰ ਵਾਲਿਆਂ ਨਾਲ ਵਾਅਦਾ ਕੀਤਾ।